ਇਹ ਨਾਜ਼ਰੀਨ ਜਿਹੜੀ ਤੁਹਾਨੂੰ ਅੱਜ ਲੋਕੇਸ਼ਨ ਵਹਾਨਾ ਪਿਆ ਇਹ ਜਨਾਬ ਲੋਕੇਸ਼ਨ ਤੇ ਬਹਿਰੀਨ ਵਿੱਚ ਅਮੀਰ ਤਰੀਨ ਲੋਕ ਇਸ ਏਰੀਆ 'ਚ ਰਹਿੰਦੇ ਨੇ ਔਰ ਇਹਦਾ ਨਾਮ ਵੇ ਅਮਵਾਜ ਆਈਸਲੈਂਡ ਔਰ ਇਹ ਜਨਾਬ ਸਾਰੇ ਦਾ ਸਾਰਾ ਏਰੀਆ ਜਿਹੜਾ ਨਵਾਂ ਬਣਿਆ ਇਹ ਲੇਟੈਸਟ ਤਰੀਨ ਡਿਵੈਲਪਮੈਂਟ ਇੱਥੇ ਦੀ ਜਨਾਬ ਤੇ ਅੱਗੇ ਤੁਹਾਨੂੰ ਵਹਾਨੇ ਆ ਪੂਰਾ ਦਾ ਪੂਰਾ ਘੁੰਮ ਫਿਰ ਕੇ ਕਿ ਬੜਾ ਪਿਆਰਾ ਬਣੇ ਹੈ ਇੱਥੇ ਤੁਹਾਨੂੰ ਛੋਟਾ ਘਰ ਕੋਈ ਨਹੀਂ ਨਜ਼ਰ ਆਉਣ ਲਗਾ ਵੱਡੇ ਵੱਡੇ ਹੋਟਲ ਹੀ ਨਜ਼ਰ ਆਉਂਦੇ ਆਪਾਰਟਮੈਂਟਸ ਟਾਈਪ ਜਿੱਧਰ ਚਾਤੀ ਮਾਰੋ ਵਿੰਦੇ ਤੇ ਔਰ ਇੱਥੇ ਅਗਰ ਨਾ ਤੁਹਾਨੂੰ ਮੇਰੇ ਖਿਆਲ ਨਾਲ ਸ਼ਾਇਦ ਹੀ ਘੱਟ ਹੀ ਹੈ ਨੇ ਕੋਈ ਸ਼ਾਇਦ ਉਹ ਨਾਜ਼ਲੀ ਕੋਈ ਫਾਰਨਰ ਰਹਿੰਦਾ ਹੋਵੇ ਮਨੂੰ ਦੇ ਜਿੱਧਰ ਚਾਤੀ ਮਾਰੀ ਇਹ ਮਨੂੰ ਹਲਾ ਤੱਕ ਇੱਥੇ ਜਿਹੜਾ ਨਾ ਫਾਰਨਰ ਬੰਦੇ ਹੀ ਜ਼ਿਆਦਾ ਨਜ਼ਰ ਆਏ ਨੇ ਕਿ ਯੂਰੋਪੀਅਨ ਵਗੈਰਾ ਇਹ ਉਹ ਗੋਰੇ ਯਾਨੀ ਕਿ ਠੀਕ ਹੈ اور ਇਧਰ ਜਨਾਬ ਇੱਕ ਸਾਈਡ ਤੇ ਇਧਰ ਮੈਂ ਤਨਗੇ ਕਸ਼ਤੀਆਂ ਵੀ ਲੈ ਕੇ ਚੱਲਣਾ ਵਾ ਇੱਥੇ ਕਸ਼ਤੀਆਂ ਪਈਆਂ ਨੇ ਉਸ ਜਦੋਂ ਮੈਂ ਇਧਰ ਆਉਂਦਾ ਹਾਂ ਬਹਿ ਰਸਤੇ ਵਿੱਚ ਤੇ ਜਿੱਥੋਂ ਮੇਰਾ ਦਿਲ ਕੀਤਾ ਵੀਡੀਓ ਬਣਾਉਣ ਤੇ ਉੱਥੇ ਮੈਂ ਵੇਖਦਾ ਹਾਂ ਪਿਆ ਕਿ ਦਬਾਬਾ ਨਹੀਂ ਹੁੰਦੀਆਂ ਜਿਹੜੀਆਂ ਦਬਾਬਾ ਮਤਲਬ ਮੋਟਰਸਾਈਕਲ ਨੂੰ ਕਹਿੰਦੇ ਨੇ ਇੱਕ ਸਮੁੰਦਰ ਦੇ ਵਿੱਚ ਵੀ ਮੋਟਰਸਾਈਕਲ ਚੱਲਣ ਵਾਲਾ ਹੁੰਦਾ ਨਾ ਤੇ ਉਹ ਵੀ ਜਨਾਬ ਉਹਦੇ ਤੇ ਜੀਰੇ ਸੰਲਾਂ ਲੱਗੇ ਹਨ ਕੁੜੀਆਂ ਮੁੰਡੇ ਤੇ ਉਧਰ ਮੈਂ ਆਉਂਦਾ ਹਾਂ ਬੈਸੇ ਇਦਾਂ ਵੇਖ ਕੇ ਤੇ ਮੈਂ ਕਿਹਾ ਯਾਰ ਇਹ ਵੀ ਮੋਹਲ ਹੈ ਇੱਥੇ ਕਿ ਬਹੁਤ ਅਮੀਰ ਤਰੀਨ ਲੋਕ ਰਹਿੰਦੇ ਨਾ ਲੋਕਾਂ ਫਿਰ ਕਸ਼ਤੀਆਂ ਆਪਣੀਆਂ ਰੱਖੀਆਂ ਨੇ ਆਪਣੀਆਂ ਦਬਾਬਾਂ ਨੇ ਆਪਣੇ ਮੋਟਰਸਾਈਕਲ ਦੇ ਵਿੱਚ ਚੱਲਣ ਵਾਸਤੇ ਤੇ ਚੋਖੇ ਅਮੀਰ ਤਰੀਨ ਲੋਕ ਨੇ ਇਧਰ ਮੈਂ ਤੁਹਾਨੂੰ ਸਾਰਾ ਸਾਰਾ ਏਰੀਆ ਦਾ ਵਿਜ਼ਿਟ ਕਰਾਨਾ ਵਾ ਆਪਣੇ ਆਪ ਤੁਹਾਨੂੰ ਅੰਦਾਜ਼ਾ ਲੱਗ ਜਿੰਦਾ ਸਾਫ਼ ਸਵਾਈ ਵੀ ਤੁਸੀਂ ਆਪਣੀ ਅੱਖਾਂ ਦੇ ਨਾਲ ਵੇਖ ਲਵੋ ਔਰ ਸੜਕ ਕੋਈ ਨਹੀਂ ਛੜੇ ਲਗਾ ਮੈਂ ਸਾਰਾ ਜਿਨਾ ਏਰੀਆ ਸਾਰਾ ਦਾ ਸਾਰਾ ਏਰੀਆ ਕਵਰ ਕਰਨਾ ਪਈ ਜਨਾਬ ਤੋਰ ਐਵੇਂ ਦੇ ਪੇ ਸਾਫ਼ ਸਫਾਈ ਹਰ ਜਿਹੜਾ ਇਹ ਤੁਹਾਨੂੰ ਦਰਖਤ ਨਜ਼ਰ ਆਉਂਦੇ ਨੇ ਪੇ ਇਹ ਤੇ ਗ੍ਰੀਨਰੀ ਜਿਹੜਾ ਇਹਨਾਂ ਦਾ ਮਨਸੂਬੇ ਨੇ ਇਹ ਤੇ ਜਨਾਬ ਬੜੀ ਕਾਮਯਾਬੀ ਨਾਲ ਸ਼ੁਰੂ ਹੋਏ ਜਿਵੇਂ ਕਿ ਸਾਊਦੀ ਅਰਬ ਦੇ ਵਿੱਚ ਵੀ ਬੜੇ ਜ਼ਿਆਦਾ ਜਿਹੜਾ ਨਾ ਇਹਦੇ ਤੇ ਕੰਮ ਹੁੰਦਾ ਪਿਆ ਕਿ ਦਰਖਤ ਵਗੈਰਾ ਲਾਣ ਤੇ ਉਹਦੀ ਵੇਹ ਤੋਂ ਮੌਸਮ ਵੀ ਚੇਂਜ ਹੋਇਆ ਹੈ ਲੇਕਿਨ ਬਹਿਰੈਨ 'ਚ ਜ਼ਿਆਦਾ ਕਾਮਯਾਬੀ ਦੇ ਨਾਲ ਸ਼ੁਰੂ ਹੋਏ ਸ਼ਾਇਦ ਇਹਦਾ ਮਤਲਬ ਇਹ ਵੇ ਉਹਦਾ ਸ਼ਾਇਦ ਮੇਰਾ ਖਿਆਲ ਹੈ وجہ ਕਿ ਸਾਊਦੀ ਅਰਬ ਬਹੁਤ ਵੱਡਾ ਹੈ ਉਹਨੂੰ ਗ੍ਰੀਨ ਕਰਨ ਲੱਗੇ ਆ ਥੋੜਾ ਟਾਈਮ ਚਾਹੀਦਾ ਆਫ ਕੋਰਸ ਤੇ ਇਹ ਬਹਿਰੈਨ ਛੋਟਾ ਤੇ ਛਤیاں ਦੀ ਜੀਰਿਆਂ ਦੇ ਮੁਸਤਮਿਲ ਤੇ جناب ਜਿਨ੍ਹਾਂ ਨੂੰ ਪੁਲਾਂ ਦੇ ਨਾਲ ਜੋੜੇ ਆ ਔਰ ਇਹ ਵੀ ਇੱਕ ਜਜ਼ੀਰਾ ਜਿੱਧਰ ਲਗਾ ਫਿਰਨਾਵਾ ਇਹ جناب ਜਜ਼ੀਰਾ ਜਿਹੜਾ ਹੈ ਇਹਦਾ ਨਾਮ ਹੈ ਆਈਸਲੈਂਡ ਅਮਵਾਜ ਔਰ ਏਰੀਏ ਦੀ ਜਿਹੜਾ ਨਾ ਲੇਟਸਟ ਤਰੀਨ ਡਿਵੈਲਪਮੈਂਟ ਔਰ ਸਾਰਾ ਸਾਰਾ ਤੁਹਾਨੂੰ ਤਾਂ ਮਹਾਨਾ ਪਿਆ ਕਿ ਤੁਹਾਨੂੰ ਪਤਾ ਚੱਲ ਜੇ ਜਿਹੜੇ ਏਰੀਏ 'ਚ ਮੈਂ ਤੁਹਾਨੂੰ ਵਾਅਦਾ ਕੀਤਾ ਹੈ ਜਿਹੜੇ ਏਰੀਏ ਜਾਵਾਂ ਦਾ ਕੋਸ਼ਿਸ਼ ਕਰਾਂ ਦਾ ਕਿ ਸਾਰਾ ਦਾ ਸਾਰਾ ਕੁੱਟ ਕੇ ਤੁਹਾਨੂੰ ਮਹਾਵਾਂ ਐਵੇਂ ਦੇ ਪਦਬਾਬਾਂ ਪਈਆਂ ਨੇ ਇੱਥੇ ਠੀਕ ਹੈ ਐਵੇਂ ਦੇ ਪੇ ਕਸ਼ਤੀਆਂ ਤੇ ਮੋਟਰਸਾਈਕਲ ਜਿਹੜੇ ਵਿੱਚ ਚਲਦੇ ਨਾ ਉਹ ਵੀ ਨਹੀਂ ਥੇ ਤੇ ਜਨਾਬ ਸਾਫ ਸਫਾਈ ਵੀ ਤੁਹਾਡੇ ਸਾਹਮਣੇ ਵੰਦੇ ਪਰ ਸੜਕ ਤੇ ਕਿਸੇ ਜਗ੍ਹਾ ਤੁਹਾਨੂੰ ਕਚਰਾ ਨਹੀਂ ਨਜ਼ਰ ਆਉਂਦਾ ਪਿਆ ਔਰ ਲੇਕਿਨ ਇੱਕ ਗੱਲ ਮੈਂ ਵੇਖੀ ਇੱਥੇ ਭਾਈ ਕਿ 사우ਦੀਆ ਅਰਬ ਜਿਹੜੇ ਨਾ ਬਲਦੀ ਵਾਲੇ ਲੱਗਦੇ ਲੱਗੇ ਰਹੇ ਨੇ مسلسل ਕੰਮ ਕਰਦੇ ਨੇ ਤਾਂ ਕਰਕੇ ਸਾਫ ਸਫਾਈ ਰਹਿੰਦੀ ਹੈ ਲੇਕਿਨ ਇੱਥੇ ਮੈਨੂੰ ਕੋਈ ਸਫਾਈ ਕਰਨ ਵਾਲਾ ਕੋਈ ਡਾ ਖਾਸਮ ਖਾਸ ਬੰਦੇ ਵੀ ਨਹੀਂ ਨਜ਼ਰ ਆਏ ਇਸ ਕਰਕੇ ਫਿਰ ਵੀ ਇਸ ਦੇ ਬਾਵਜੂਦ ਵੀ ਸਫਾਈ ਤੁਹਾਨੂੰ ਠੀਕ ਠਾਕ ਨਜ਼ਰ ਆਉਂਦੀ ਹੈ ਭਾਈ اور جناب ਤੁਹਾਨੂੰ ਜਿਵੇਂ ਕਿ ਦੱਸਿਆ ਸੀ ਕਿ ਕਿਸੇ ਜਗ੍ਹਾ ਤੁਹਾਨੂੰ ਨਹੀਂ ਨਜ਼ਰ ਆਉਂਦਾ ਕਿ ਛੋਟੇ ਘਾਰ ਜਾਂ ਇਹ ਵੋ ਤੇ ਕਿਸੇ ਜਗ੍ਹਾ ਤੇ ਨਜ਼ਰ ਆਏ ਨਹੀਂ ਕਿਉਂਕਿ ਮੈਂ ਪਹਿਲਾ ਸਾਰਾ ਫਿਰ ਕੀਤੇ ਤੇ ਫਿਰ ਉਸ ਤੋਂ ਬਾਦ ਉਹ ਜਿਹੜਾ ਨਾ ਵੀਡੀਓ ਸ਼ੁਰੂ ਕੀਤੀ ਏ ਤੇ ਲਹਾਜ਼ਾ ਮੈਂ ਇਧਰ ਸਾਰਾ ਸਾਰਾ ਕੰਸਟਰਕਸ਼ਨ ਹਾਲਾ ਸ਼ੁਰੂ ਹੋਈ ਏ ਲੇਕਿਨ ਕੰਸਟਰਕਸ਼ਨ ਜਿੱਥੇ ਸ਼ੁਰੂ ਹੋਈ ਏ ਉੱਥੇ ਵੀ ਸ਼ਾਇਦ ਨਾਨ ਨੂੰ ਆਖੇ ਆ ਕਿ ਜੋ ਵੀ ਇਹ پابੰਦ ਹੁੰਦੇ ਨੇ ਸ਼ਾਇਦ ਕਿ ਤੁਸੀਂ ਗੰਦਗੀ ਨਹੀਂ ਫਲਾ ਸਕਦੇ ਤੇ ਤਾਂ ਕਰਕੇ ਸ਼ਾਇਦ ਨਹੀਂ ਤੇ ਇਥੇ ਕੰਸਟਰਕਸ਼ਨ ਵੀ ਸ਼ੁਰੂ ਹੋਈ ਹੈ مزید ਕਿਉਂਕਿ ਇਹ ਏਰੀਆ ਸਾਰਾ ਦਾ ਸਾਰਾ ਨਵਾਈ ਬੰਦਾ ਪਿਆ ਜਿਹੜੀਆਂ ਇਮਾਰਤਾਂ ਤੁਹਾਨੂੰ ਨਜ਼ਰ ਆndੀਆਂ ਨੇ ਪਈਆਂ ਇਹ ਸਾਰੀਆਂ ਲੇਟੈਸਟ ਇਮਾਰਤਾਂ ਨੇ ਨਵੀਆਂ ਇਮਾਰਤਾਂ ਨੇ ਔਰ ਅੱਗੇ ਇੱਕ ਹੋਟਲ ਵੀ ਤੁਹਾਨੂੰ ਕਸਬ ਸਵਾਮ ਵਹਾਂ ਵੰਦਾ ਉਹ ਤੇ ਹੈਰੋ ਵਕਰੀ ਵੀਡੀਓ ਬਣਾਣੀ ਪੈਣੀ ਹੈ ਉਹ ਵੀ ਅਲਾ ਨਵਾਂ ਹੀ ਹੋਟਲ ਬਣਿਆ ਹੈ ਤੇ ਨਾਲ ਹੀ ਉਹ ਜਿਹੜਾ ਉਹਦੀ ਦੀਵਾਰ ਇੱਕ ਡਿੱਗ ਪਈ ਹੈ ਤੇ ਉਹ ਬੜਾ ਹੈਰਾਨਕੁਨ ਜੇ ਕਿ ਐਡਾ ਵੱਡਾ ਹੋਟਲ ਬਣਾ ਕੇ ਤੇ ਉਹਨਾਂ ਕਿਸ ਤਰੀਕੇ ਨਾਲ ਮਨਸੂਬਾ ਬੰਦੀ ਕੀਤੀ ਹੋਤਨ ਬਦਵ ਹਾਂ ਵੰਨ ਇਨਸ਼ਾਅੱਲਾ ਅਗਲੀ ਵੀਡੀਓ ਵਿੱਚ ਤੇ ਇਹ جناب ਸਾਰੇ ਸਾਰਾ ਤੁਹਾਨੂੰ ਜਿਹੜਾ ਇਹ ਮਵਾਜ ਆਈਸਲੈਂਡ ਦਾ ਜਿਹੜਾ ਦਾ ਉਹ ਟੂਰ ਪੇ ਕਰਾਨੇ ਆ ਤੇ ਔਰ ਇਥੇ ਦੀ ਡਿਵੈਲਪਮੈਂਟ ਤੋਂ ਵੇਖ ਕੇ ਅੰਦਾਜ਼ਾ ਤੁਹਾਨੂੰ ਲੱਗ ਗਿਆ ਹੋਣਾ ਕਿ ਕਿਸ ਤਰ੍ਹਾਂ ਦਾ ਇਲਾਕਾ ਹੈ ਔਰ ਇੱਥੇ ਕਿਸੇ ਟਾਈਮ ਅਗਰ ਸਵੇਰ ਟਾਈਮ ਆਓ ਤੁਸੀਂ ਤੇ ਇੱਥੇ ਜਨਾਬ ਗੋਰੇ ਰਨਿੰਗ ਕਰਦੇ ਨੇ ਨਾ ਟ੍ਰੈਕਾਂ ਦੇ ਜਿੱਥੇ ਸੜਕਾਂ ਤੇ ਗੱਡੀਆਂ ਪਹੁੰਚਦੀਆਂ ਨੇ ਇੱਥੇ ਜਨਾਬ ਅ ਯਾਨੀ ਕਿ ਵਾਕ ਐਕਸਰਸਾਈਜ਼ ਕਰਦੇ ਨੇ ਕਿਉਂਕਿ ਐਕਸਰਸਾਈਜ਼ ਨੇ ਜਿਹੜੇ ਗੋਰੇ ਲੋਕ ਨੇ ਨਾ ਉਹ ਬਹੁਤ ਜ਼ਿਆਦਾ ਸਫੇ ਅਵਲ ਤੇ ਜੜਨਾ ਉਹ ਗੋਰੇ ਜਿਹੜੇ ਨੇ ਐਕਸਰਸਾਈਜ਼ ਨੂੰ ਰੱਖਦੇ ਨੇ ਤਾਂ ਔਰ ਇਸ ਏਰੀਆ ਚ ਗੋਰੇ ਜ਼ਿਆਦਾ ਨੇ ਇਸ ਕਰਕੇ ਸੜਕਾਂ ਦੇ ਉੱਤੇ ਟੁਰਦੇ ਫਿਰਦੇ ਜਿਹੜਾ ਨਾ ਸਵੇਰ ਸਵੇਰ ਨਜ਼ਰ ਆਉਂਦੇ ਨੇ ਬਾਰ ਅਲਾ ਇਹ ਜਨਾਬ ਸਾਰਾ ਸਾਰਾ ਜਿਹੜਾ ਤੁਹਾਨੂੰ ਵਿਜ਼ਿਟ ਕਰਾਇਆ ਹੈ ਅਮਵਾਜ ਆਈਸਲੈਂਡ ਦਾ ਔਰ ਇਹ ਵੀ ਦੇ ਪੇ ਇਸ ਏਰੀਆ 'ਚ ਵੜਨ ਵਾਸਤੇ ਪਹਿਲਾਂ ਚੈੱਕ ਪੁਆਇੰਟ ਚੈੱਕ ਪੁਆਇੰਟ ਕ੍ਰਾਸ ਕਰਕੇ ਤੁਸੀਂ ਅੰਦਰ ਵੜ ਸਕਦੇ ਹੋ ਇਹ ਵੇਖ ਰਹੇ ਹੋ ਚੈੱਕ ਪੁਆਇੰਟ ਲੱਗੀ ਹੁੰਦੀ ਜਿਵੇਂ ਟਾਊਨਾਂ ਦੇ ਵਿੱਚ ਵੀ ਪਾਕਿਸਤਾਨ ਵੀ ਲੱਗੀ ਹੁੰਦੀ ਏ ਬਾਹਰਲ ਨਾਜ਼ਰੀ ਨੂੰ ਹੁਣ ਵਾਸ ਇਹ ਨਹੀਂ ਸੀ ਆਪਣਾ ਤੇ ਆਪਣੇ ਪਿਆਰਿਆਂ ਦਾ ਖਿਆਲ ਰੱਖਿਆ ਜੀ ਦੁਆਵਾਂ 'ਚ ਆਪਣੇ ਭਰਾ ਨੂੰ ਯਾਦ ਰੱਖਿਆ ਜੀ ਤੇ ਜਨਾਬ ਦਿਓ ਇਜਾਜ਼ਤ ਅੱਲਾ ਹਾਫਿਜ਼